ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟ ਸਟੂਡੈਂਟ ਟੂਡੇ ਵੀ ਆਪ ਡਿਸਕਸਿੰਗ ਅਬਾਟ ਦੀ ਕੁਐਸਚਨ ਆਨਸਰ ਜਿਹੜਾ ਆਪਾਂ ਲਾਸਟ ਪ੍ਰੀਵियस ਲੈਕਚਰ ਦੇ ਵਿੱਚ ਆਪਾਂ ਚੈਪਟਰ ਸੋਡਾ ਲੈਸਨ ਦੀ ਵਿਦ ਕੈਸ ਕੰਪਲੀਟ ਕੀਤਾ ਹੈਗਾ ਅੱਜ ਅਸੀਂ ਉਸ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ ਕੁਐਸਚਨ ਆਨਸਰ ਡਿਸਕਸ ਕਰਨ ਦਾ ਸਟੂਡੈਂਟ ਮੇਰਾ ਮੋਟਿਵ ਇਹ ਆ ਸਮ ਟਾਈਮ ਸਟੂਡੈਂਟ ਨੂੰ ਸਾਰੀ ਅੰਡਰਸਟੈਂਡਿੰਗ ਹੁੰਦੀ ਹੈ ਲੈਸਨ ਦੀ ਬਟ ਉਹ ਕੁਐਸਚਨ ਨੂੰ ਪ੍ਰੋਪਰਲੀ ਅੰਡਰਸਟੈਂਡ ਨਹੀਂ ਕਰ ਸਕਦਾ ਕਿ ਕੁਐਸਚਨ ਦੀ ਡਿਮਾਂਡ ਕੀ ਆ ਕੁਐਸਚਨ ਕਿ ਕਿਦਾਂ ਦਾ ਆਨਸਰ ਆਸਕ ਕਰ ਰਿਹਾ ਹੈ ਨਾ ਕੀ ਨੀਡ ਆ ਕਿਦਾਂ ਦੇ ਆਨਸਰ ਦੀ ਲੋੜ ਆ ਕੁਐਸਚਨ ਨੂੰ ਨਾ ਇਹਦਾ ਮਤਲਬ ਕੀ ਆ ਸਾਨੂੰ ਪਹਿਲਾਂ ਕੁਐਸਚਨ ਦੀ ਪ੍ਰੋਪਰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਕੁਐਸਚਨ ਦੀ ਡਿਮਾਂਡ ਕੀ ਆ ਮਤਲਬ ਕਿਸ ਤਰ੍ਹਾਂ ਦੇ ਆਨਸਰ ਸਾਨੂੰ ਉੱਥੇ ਪੁੱਟ ਕਰਨਾ ਚਾਹੀਦਾ ਫਸਟ ਆਫ ਆਲ ਦੀ ਫਸਟ ਕੁਐਸਚਨ ਕੀ ਆ ਰਾਈਟ ਫਾਈਵ ਸੈਂਟੈਂਸ ਅਬਾਊਟ ਦੀ ਪੋਲਿਟিক্যাল ਲਾਈਫ ਆਪਾਂ ਸਟੂਡੈਂਟ 5 ਸੈਂਟੈਂਸ ਦੇਣੇ ਆ ਠੀਕ ਆ ਤੁਸੀਂ ਕੋਈ ਵੀ 5 ਸੈਂਟੈਂਸ ਦੇ ਸਕਦੇ ਆ ਜੇ ਤੁਹਾਨੂੰ ਜ਼ਰੂਰੀ ਨਹੀਂ ਇਹ ਬੁੱਕ ਦੇ ਵਿੱਚ ਕੋਈ ਐਕਸਟਰਾ ਤੁਸੀਂ ਐਡ ਕਰ ਸਕਦੇ ਆ ਕਰ ਸਕਦੇ ਆ ਠੀਕ ਆ ਬਟ ਰਿਲੇਟਡ ਹੋਣਾ ਚਾਹੀਦਾ ਪੋਲੀਟੀਕਲ ਲਾਈਫ ਦੇ ਨਾਲ ਪੋਲੀਟੀਕਲ ਲਾਈਫ ਦੇ ਨਾਲ ਕੁਐਸਚਨ ਆਪਣੇ ਕੋਲ ਹੈ ਰਾਈਟ ਦੀ 5 ਸੈਂਟੈਂਸ ਅਬਾਊਟ ਦੀ ਪੋਲੀਟੀਕਲ ਲਾਈਫ ਔਰ ਲਈ ਵੈਦਿਕ ਕੇਸ ਠੀਕ ਆ ਵੈਦਿਕ ਕੇਸ ਵਿੱਚ ਪੋਲੀਟੀਕਲ ਲਾਈਫ ਨਾਲ ਰਿਲੇਟਡ ਉਹਨਾਂ ਨੇ 5 ਸੈਂਟੈਂਸ ਪੁੱਛੇ ਹੈਗੇ ਆ ਉਹ ਕਿਹੜੇ-ਕਿਹੜੇ ਆ ਬੇਟਾ there were several small tribal, tribal शोड़े -शोड़े state tribal ਮਤਲਬ ਕੀ ਸੀ ਛੋਟੇ ਛੋਟੇ ਕਬਾਇਲੀ ਸਮਾਜ ਸੀਗੇ ਮਤਲਬ ਕਬੀਲਿਆਂ ਦੇ ਵਿੱਚ ਲੋਕ ਰਹਿੰਦੇ ਸੀ ਪਹਿਲਾਂ ਤਾਂ ਸੀ ਇਹ ਦੱਸਾਂਗੇ ਠੀਕ ਆ ਕਿੰਗ ਵਾਸ ਦੀ ਹੈਡ ਆਫ ਦੀ ਸਟੇਟ ਜਿਹੜੀ ਉਹ ਹੈਡ ਸੀਗਾ ਮਤਲਬ ਛੋਟੀਆਂ ਛੋਟੀਆਂ ਕਬਾਇਲੀ ਸਮਾਜ ਬਣਿਆ ਹੋਇਆ ਸੀਗਾ ਟ੍ਰਾਈਬਲ ਸਟੇਟਸ ਬਣਿਆ ਹੋਈਆਂ ਸੀਗਾ ਉਹਨਾਂ ਦਾ ਹੈਡ ਕੌਣ ਹੁੰਦਾ ਸੀ ਕਿੰਗ ਹੁੰਦਾ ਸੀ ਕਿੰਗ ਵਾਸ ਇਲੈਕਟਡ ਬਾਈ ਦੀ ਪੀਪਲ ਐਟ ਸਮ ਪਲੇਸਸ ਜਿਹੜੀਆਂ ਸਟੂਡੈਂਟਸ ਕੋਸ ਜਗ੍ਹਾ ਦਾ ਜਿਹੜਾ ਕਿੰਗ ਸੀਗਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਡੈਮੋਕ੍ਰੈਟਿਕ ਵੇਅ ਦੇ ਥਰੂ ਹੈ ਨਾ ਤੇ ਇੱਕ ਵਾਰ ਜਦੋਂ ਉਹਨਾਂ ਨੇ ਚੁਣ ਲਿਆ ਫਿਰ ਉਹਦਾ ਜਿਹੜਾ ਸਨ ਹੁੰਦਾ ਸੀ ਹੀ ਵਾਸ ਸक्सीडेड बाय ਹਿਸ ਸਨ ਅੱਗੇ ਕੀ ਸੀਗਾ ਉਹਨਾਂ ਦਾ ਪੁੱਤਰ ਜਿਹਨੂੰ ਰਾਜਨ ਬੋਲਿਆ ਜਾਂਦਾ ਸੀ ਉਹੋ ਹੀ ਰਾਜਾ ਹੁੰਦਾ ਸੀ ਠੀਕ ਹੈ ਕਿੰਗ ਨੂੰ ਲੋਕਾਂ ਨੇ ਚੁਣ ਲਿਆ ਕਈ ਵਾਰ ਕਿੰਗ ਕਿਸੇ ਵੀ ਆਪਾਂ ਟ੍ਰਾਈਬਲ ਤੇ ਆਪਾਂ ਕਹਿ ਸਕਦੇ ਹਾਂ ਵਾਰ ਕਰਨ ਦੇ ਕਬਜ਼ਾ ਕਰ ਲੈਂਦੇ ਤਾਂ ਰਾਜਾ ਬਣ ਜਾਂਦਾ ਸੀ ਠੀਕ ਹੈ ਇੱਥੇ ਕੀ ਹੈ ਕਿ ਕਿੰਗ ਵਾਸ ਇਲੈਕਟਡ ਬਾਇ ਪੀਪਲ ਐਟ ਸਮ ਪਲੇਸਸ ਬਟ ਨਾਰਮਲੀ ਇਹ ਦੇਖਿਆ ਜਾਂ ਵੀ ਤਾਂ ਉਹਨਾਂ ਨੇ ਕਹਤਾ ਬਟ ਨਾਰਮਲੀ ਪਰ ਜਨ ਰਾਜੇ ਦਾ ਪੁੱਤਰ ਹੀ ਰਾਜਾ ਹੁੰਦਾ ਸੀ ਠੀਕ ਆ ਇਹ ਮੇਨ ਚੀਜ਼ ਤੁਸੀਂ ਯਾਦ ਰੱਖਣੀ ਆ ਕੁਝ ਪਲੇਸਿਸ ਸੀ ਸੀਗਾ ਜਿੱਥੇ ਸੀਗਾ ਕਿੰਗ ਲੋਕਾਂ ਦੁਆਰਾ ਚੁਣਿਆ ਜਾਂਦਾ ਸੀਗਾ ਨੈਕਸਟ ਬੇਟਾ ਹੈਗਾ ਸਭਾ ਐਂਡ ਸੰਮਤੀ ਵਰ ਟੂ ਇੰਪੋਰਟੈਂਟ ਬਾਡੀਜ਼ ਆਫ ਦੀ ਕਿੰਗ ਦੀ ਹੈਲਪ ਲਿਸਟ ਉਹਨਾਂ ਕਿਹੜੀਆਂ ਬਾਡੀਜ਼ ਸੀਗਾ ਸਭਾ ਐਂਡ ਸੰਮਤੀ ਤੁਸੀਂ ਮੇਨ ਮੇਨ ਚੀਜ਼ਾਂ ਸੋਣੇ ਯਾਦ ਰੱਖਣੀਆਂ ਇੱਕ ਸੀਗੇ ਪੁਰਹਤ ਗ੍ਰਾਮਣੀ ਸਿਨਾਨੀ ਵਰ ਦੀ ਆਫੀਸ਼ੀਅਲ ਵਰਕ ਤੇ ਲਈ ਮਤਲਬ ਆਫਸਰ ਸੀਗੇ ਉਸ ਸਮੇਂ ਪ੍ਰੋਹਿਤ ਸੀਗੇ ਗ੍ਰਾਮਣੀ ਐਂਡ ਸਨਾਨੀ ਸਨਾਨੀ ਸੈਨਾ ਨਾਲ ਰਿਲੇਟਡ ਐਂਡ ਵਾਰਨਰ ਰਿਲੇਟਡ ਹੈਗਾ ਠੀਕ ਆ ਆਰਮੀ ਨਾਲ ਰਿਲੇਟਡ ਆ ਗ੍ਰਾਮੀ ਹੈਗਾ ਪਿੰਡਾਂ ਨਾਲ ਰਿਲੇਟਡ ਹੈਗਾ ਵਿਲੇਜ ਨਾਲ ਪ੍ਰੋਹਿਤ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦੇ ਪੰਡਤ ਵਗੈਰਾ ਹੁੰਦੇ ਆ ਉਹ ਆ ਜਾਂਦੇ ਠੀਕ ਆ ਇਹ ਆਪਣੇ 5 ਪੁਆਇੰਟ ਸੀਗੇ ਓਕੇ ਨੈਕਸਟ ਆਪਣੇ ਕੋਲੇ ਕੁਐਸਚਨ ਕੀ ਆ ਵਿਚ ਗods ਵਰ ਵਰਸ਼ਪਰ ਬਾਈ ਦੀ ਵੈਦਿਕ ਪੀਪਲ ਓਕੇ ਉਹ ਪੁੱਛਦਾ ਹੈਗਾ ਜਿਹੜੇ ਵੈਦਿਕ ਲੋਕ ਸੀਗੇ ਉਸ ਸਮੇਂ ਦੇ ਲੋਕ ਸੀ ਕਿੱਦਾਂ ਦੇ ਮਤਲਬ ਪ੍ਰਮਾਤਮਾ ਨੂੰ ਜਿਹੜੇ ਗੌਰ ਦੇਵੀ ਦੇਵਤਿਆਂ ਨੂੰ ਕਿਸ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਠੀਕ ਆ ਹੁਣ ਇਹ ਪੁੱਛਿਆ ਕਿਸ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਕਿਹੜੇ-ਕਿਹੜੇ ਉਹਨਾਂ ਦੇ ਗੌਰ ਸੀਗੇ ਉਹਨਾਂ ਨੇ ਆਪਾਂ ਇਹਨਾਂ ਨੂੰ 3 ਕੈਟਾਗਰੀ ਵਿੱਚ ਸੋਨ ਡਿਵਾਈਡ ਕੀਤਾ ਹੈਗਾ ਟੈਰੈਸਟਰਲ ਆਗੇ ਗੌਡਸ ਆਗੇ ਲਾਈਕ ਪ੍ਰਿਥਵੀ ਹੋ ਗਿਆ ਅਗਨੀ ਸੋਮ ਹਨਾ ਪਲਾਂਟ ਪਲਾਂਟ ਦੀ ਗੱਲ ਕੀਤੀ ਸੀ ਸੋਮ ਰਸ ਵਗੈਰਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹਦਾ ਠੀਕ ਆ ਅਗਨੀ ਹੋ ਗਿਆ ਤੇ ਪ੍ਰਿਥਵੀ ਪ੍ਰਥਵੀ ਹੁੰਦਾ ਅਰਥ ਨਾਲ ਰਿਲੇਟਡ ਅਗਰੀ ਫਾਇਰ ਨਾਲ ਰਿਲੇਟਡ ਹੁੰਦਾ ਸੌਮ ਪਲਾਂਟ ਨਾਲ ਰਿਲੇਟਡ ਹੁੰਦਾ ਇੱਥੇ ਵਗਿਆ ਸਟੂਡੈਂਟ ਜੱਗ ਵਗੈਰਾ ਬੱਬਲੀਆਂ ਵਗੈਰਾ ਦਿੱਤੀਆਂ ਜਾਂਦੀਆਂ ਸੀ ਇਹਨਾਂ ਨੂੰ ਖੁਸ਼ ਕਰਨ ਲਈ ਆਰਥਮੋਸਫੇਰਿਕ ਆਰਥਮੋਸਫੇਰਿਕ ਨਾਲ ਪ੍ਰਕਿਰਤੀ ਦੇਵੀ ਦੇਵਤੇ ਲਾਈਕ ਇੰਦਰਾ ਹੋ ਗਿਆ ਇੰਦਰਾ ਨੂੰ ਰੇਨ ਦੇ ਨਾਲ ਕਨਸੀਡਰ ਕਰਦੇ ਸੀਗੇ ਹਨਾ ਏਅਰ ਦੇ ਨਾਲ ਕੀਤਾ ਜਾਂਦਾ ਵਸੂ ਨੂੰ ਐਂਡ ਵਾਜੂ ਸੌਰੀ ਵਾਇਉ ਨੂੰ ਏਅਰ ਦੇ ਨਾਲ ਕਨਸੀਡਰ ਕੀਤਾ ਜਾਂਦਾ ਸੀਗਾ ਲਾਸਟ ਵਨ ਹੈ ਮਰੁਤਸ ਓਕੇ ਇੱਕ ਇਸ ਸਟੂਡੈਂਟ ਇਹਨਾਂ ਨੂੰ ਆਪਾਂ ਆਰਮੋਰ ATMOSPHERIC ਗਾਡਸ ਕਹਾਵਾਂਗੇ ਜਿਹੜੇ ਕੀ ਆ ਪ੍ਰਕਿਰਤੀ ਨਾਲ ਰਿਲੇਟਡ ਆ ਵਾਯੂ ਮੰਡਲ ਨਾਲ ਰਿਲੇਟਡ ਹੈਗੇ ਠੀਕ ਆ ਲਾਈਕ ਰੇਨ ਹੋ ਗਈ ਏਅਰ ਹੋ ਗਿਆ ਹਨ ਹੈਵਨਲੀ ਗਾਡਸ ਹੁੰਦੇ ਆ ਜਿਵੇਂ ਸਵਰਗ ਸਵਰਗ ਕੀ ਦੇਵੀ ਦੇਵਤੇ ਕੀ ਸੀ ਵਿਰुण ਸੂਰਿਆ ਤੇ ਵਿਸ਼ਨੂੰ ਅੰਡਰਸਟੂਡ ਇਹ ਸਾਰੇ ਗਾਡ ਸੀਗੇ ਇਹਨਾਂ ਦੀ ਇਹ ਪੂਜਾ ਕਰਦੇ ਸੀ ਨੈਕਸਟ ਆਪਨੇ ਕੋਲ ਬੇਟਾ ਕੋ ਆਸਣਾਗਾ ਵਾਟ ਡੂ ਯੂ ਨੋ ਬਾਟ ਦੀ ਸੋਸ਼ਲ ਲਾਈਫ ਆਫ ਦੀ ਵੇਦਿਕਸ ਪਹਿਲਾ politcal life ਬਾਰੇ ਡਿਸਕਸ ਕੀਤਾ ਥੇ ਸੋਸ਼ਲ ਲਾਈਫ ਦੀ ਗੱਲ ਕਰਦਾ ਦੀ ਸੋਸਾਇਟੀ ਵਾਸ ਡਿਵਾਈਡਡ ਇਨਟੂ 4 ਵਰਨ ਵਰਨ ਵੀ ਬੋਲ ਸਕਦੇ ਆ ਕਾਸਟ ਵੀ ਬੋਲ ਸਕਦੇ ਆ ਬ੍ਰਾਹਮਣ ਖਸ਼ਤਰੀ ਵੈਸ਼ ਐਂਡ ਸ਼ੂਦਰ 4 ਕਾਸਟ ਸੀਗਾਂ ਫਸਟ ਆਫ ਆਲ ਹੋਰ ਕਿਸੇ ਦਾ ਫੈਮਲੀ ਕੀ ਸੀ ਲੋਇਸਟ ਜੁਨਟ ਸਭ ਤੋਂ ਛੋਟੀ ਜੁਨਟ ਕਿਹੜੀ ਸੀ ਫੈਮਲੀ ਸੀ ਸੋਸਾਇਟੀ ਦੀ ਫਾਦਰ ਕੀ ਸੀ ਹੈਡ ਹੁੰਦਾ ਸੀ ਫੈਮਲੀ ਦਾ ਠੀਕ ਆ ਜਿਸ ਤਰ੍ਹਾਂ ਅੱਜ ਕੱਲ੍ਹ ਵੀ ਇਸਪੈਂਟ uh women's were educated ਜਿਹੜੀਆਂ ਔਰਤਾਂ ਪੜੀਆਂ ਲਿਖੀਆਂ ਸੀਗੀਆਂ ਐਂਡ ਹੈਡ ਅ ਲੋਟ ਆਫ ਰਿਸਪੈਕਟ ਐਂਡ ਫਰੀडम ਉਹਨਾਂ ਨੂੰ ਜਨਕੀ ਉਹਨਾਂ ਦੀ ਰਿਸਪੈਕਟ ਕੀਤੀ ਜਾਂਦੀ ਸੀ ਔਰਤਾਂ ਦੀ ਤੇ ਆਜ਼ਾਦੀ ਸੀਗੀ ਠੀਕ ਹੈ ਜੀ ਫਰੀडम ਸੀ ਤਾਂ ਤਾਂ ਹੀ ਉਹ ਫੜਦੇ ਆਪੇ ਨਾ ਐਸ ਇਕੁਐਲ ਸੋਸ਼ਲ ਲਾਈਫ ਐਟ தி ਸੋਸਾਇਟੀ ਜੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਖਾਣ ਪੀਣ ਦੀ ਗੱਲ ਕਰਦੇ ਹਾਂ ਨਾ ਵੀਟ ਰਾਈਸ ਪਲਸਸ ਮਿਲਕ ਬਟਰ ਕੀ ਵਰ ਮੇਨ ਫੂਡ ਜੇ ਫੂਡ ਦੀ ਅਸੀਂ ਗੱਲ ਕਰਦੇ ਹਾਂ ਫੂਡ ਉਹਨਾਂ ਦਾ ਸੀਗਾ ਵੀਟ ਰਾਈਸ ਪਲਸਸ ਮਿਲਕ ਬਟਰ ਐਂਡ ਕੀ ਠੀਕ ਆ ਇਸ ਤਰ੍ਹਾਂ ਦਾ ਫੂਡ ਯੂਜ਼ ਕਰਦੇ ਸੀ ਜਿਹੜਾ ਫੂਡ ਹੁੰਦਾ ਸਟੂਡੈਂਟ ਆਪਾਂ ਜਪੋ ਜੰਦੀ ਗੱਲ ਕਰਦੇ ਆ ਨਾ ਖਾਣ ਪੀਣ ਤੇ ਪਹਿਰਾ ਵਾ ਉਹ ਵੀ ਸੋਸ਼ਲ ਲਾਈਫ ਦੇ ਵਿੱਚ ਹੀ ਕਨਸਿਡਰ ਕੀਤਾ ਜਾਂਦਾ ਮਤਲਬ ਸਮਾਜ ਦੇ ਵਿੱਚ ਕਿੱਦਾਂ ਲਾਈਫ ਸਪੈਂਡ ਕਰਦੇ ਹੈਗੇ ਹੰਟਿੰਗ ਚੇਰ ਟ੍ਰੇਸਸ ਸ਼ਿਕਾਰ ਕਰਦੇ ਸੀ ਬੇਟਾ ਚੇਰ ਟ੍ਰੇਸਸ ਰਥਾਂ ਦੀ ਦੌੜ ਸਿੰਗਿੰਗ ਡਾਂਸਿੰਗ ਪਲੇਇੰਗ ਚੈਸ ਵਰ ਦੀ ਫੇਵਰਟ ਪਾਸ ਟਾਈਮ ਪਾਸ ਟਾਈਮ ਸਟੂਡੈਂਟ ਹੁੰਦਾ ਟਾਈਮ ਪਾਸ ਲਈ ਜਿਹੜੀਆਂ ਚੀਜ਼ਾਂ ਖੇਡਦੇ ਸੀ ਓਕੇ ਸ਼ਿਕਾਰ ਕਰਦੇ ਸੀ ਚੈਰਡ ਰੇਸ ਸੀ ਕਿ ਸਿੰਗਿੰਗ ਡਾਂਸਿੰਗ ਪਲੇਇੰਗ ਚੈਸ ਵਾਰ ਥੇਅਰ ਫੇਵਰਟ ਐਂਡ ਪਾਸ ਟਾਈਮ ਸਟੂਡੈਂਟ ਇਹਨਾਂ ਦੀ ਸੋਸ਼ਲ ਲਾਈਫ ਸੀਗੀ ਓਕੇ ਨੈਕਸਟ ਸੀ ਕੁਸਚਨ ਦੇਖਦੇ ਹਾਂ ਵਾਟ ਵਰ ਦੀ ਇਕਨੋਮਿਕ ਐਕਟੀਵਿਟੀ ਇਕਨੋਮਿਕ ਐਕਟੀਵिटीज ਤੋਂ ਟੋ ਉਹ ਹੁੰਦਾ ਜਿੱਥੋਂ ਉਹਨਾਂ ਨੂੰ ਆਮਦਨ ਮਿਲਦੀ ਹੈ ਮੀਨ ਜਿੱਥੋਂ ਪੈਸਾ ਆਉਂਦਾ ਠੀਕ ਹੈ ਜੀ ਅੱਜਕੱਲ੍ਹ ਦੀ ਅਸੀਂ ਗੱਲ ਕਰੀਏ ਮੋਸਟਲੀ ਲੋਕਾਂ ਦੀ ਜਿਹੜੇ ਪਿੰਡਾਂ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਕਨੋਮਿਕ ਐਕਟੀਵਿਟੀ ਕਿਹੜੀ ਆ ਐਗਰੀਕਲਚਰ ਹੈ ਠੀਕ ਆ ਪਰ ਉਹਨੇ ਛੋਟੇ ਮੋਟੇ ਕੰਮਾਂ ਤੇ ਲੱਗਿਆ ਬਟ ਮੇਨ ਓਕੂਪੇਸ਼ਨ ਆਪਣਾ ਐਗਰੀਕਲਚਰ ਹੀ ਆ ਜੀ ਐਗਰੀਕਲਚਰ ਉਸ ਟਾਈਮ ਸਮੇਂ ਵੀ ਸਟੂਡੈਂਟ ਐਗਰੀਕਲਚਰ ਸੀਗਾ ਮੇਨ ਓਕੂਪੇਸ਼ਨ ਕੈਟਲ ਬਰੀਡਿੰਗ ਮਤਲਬ ਗਾਂਾਂ ਚਰਾਉਣਾ ਜਾਂ ਪਾਲਣਾ ਹੋ ਗਿਆ ਟਰੇਡ ਵਰਦੀ ਮੇਨ ਓਕੂਪੇਸ਼ਨ ਆਫ ਦੀ ਵੇਦਿਕ ਪੇਪਰ ਟਰੇਡ ਸਟੂਡੈਂਟ ਜਿਵੇਂ ਚੀਜ਼ਾਂ ਦਾ ਲੈਣ ਦੇਣ ਹੋ ਗਿਆ ਬਾਟਰ ਸਿਸਟਮ ਚੱਲਦਾ ਸੀ ਜਿਸ ਨੂੰ ਮੈਂ ਪਹਿਲਾਂ ਹੀ ਦੱਸਿਆ ਠੀਕ ਆ ਡੋਮੈਸਟਿਕ ਐਨੀਮਲ ਪਸ਼ੂ ਪਾਲੇ ਜਾਂ ਦੇ ਸਟੂਡੈਂਟ ਘਰ ਦੇ ਵਿੱਚ ਪਾਲਤੂ ਜਾਨ ਲਾਈਕ ਕਾਉ ਹਾਰਸਸ਼ਿਪ ਗਾਟ ਜੋ ਅੱਜ ਵੀ ਪਾਲੇ ਜਾਂਦੇ ਆ ਹਨ ਹੋਰ ਨਿੱਕੇ ਮੋਟੇ ਕੰਮ ਸੀਗੇ ਬਲੈਕਸਮਿਥ ਸੀਗੇ ਹਨ ਲੋਹਾਰ ਸੀਗੇ ਕਾਰਪੈਂਟਰ ਤਰਖਾਨ ਵੇਵਰ ਕਪੜਾ ਬੁਨਣ ਵਾਲੇ ਪੋਟਰ ਹੋ ਜਾਂਦੇ ਸਟੂਡੈਂਟ ਕੜੇ ਵਗੈਰਾ ਬਣਾਉਂਦੇ ਮਿੱਟੀ ਦੇ ਭਾਂਡੇ ਬਣਾਉਂਦੇ ਆ ਜਿਹੜੇ ਹਨ ਮੇਨ ਉਹਨਾਂ ਦੇ ਓਕੂਪੇਸ਼ਨ ਸੀਗੇ ਟਰੇਡ ਵਾਸ ਕੈਰੀਡ ਔਨ ਬੋਥ ਪਾਈ ਜਿਹੜਾ ਟਰੇਡ ਸਟੂਡੈਂਟ ਵਪਾਰ ਕੀਤਾ ਜਾਂਦਾ ਸੀ ਦੋ ਚੀਜ਼ਾਂ ਦਾ ਕੀਤਾ ਜਾਂਦਾ ਸੀਗਾ ਲੈਂਡ ਰੂਟ ਵੀ ਸੀਗੇ ਉਹਨਾਂ ਕੋਲ ਸੀਆ ਰੂਟ ਵੀ ਸੀਗਾ ਸੀਆ ਰੂਟ ਦੇ ਵਿੱਚ ਸ਼ੈਪ ਵਗੈਰਾ ਯੂਜ਼ ਕਰਦੇ ਸੀ ਲੈਂਡ ਰੂਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਰੱਥ ਵਗੈਰਾ ਯੂਜ਼ ਕਰਦੇ ਸੀ ਓਕੇ ਜਾਂ ਪੈਲਗਟਾਂ ਕੈਰੈਕਟਰ ਵਗੈਰਾ ਯੂਜ਼ ਕਰਦੇ ਸੀ ਨੈਕਸਟ ਜੁਨੇਗਾ ਵੀ ਕਿੱਥੇ ਰਿਵਰ ਫਲੋ ਐਂਡ ਦੀ ਲੈਂਡ ਆਫ ਸਪਤ ਸਿੰਧੂ ਵਿੱਚ ਰਿਵਰਸ ਫਲੋ ਐਂਡ ਦੀ ਲੈਂਡ ਆਫ ਸਪਤ ਸਿੰਧੂ ਸਟੂਡੈਂਟ ਦੇਖੋ ਨਾ ਨੇ ਦੇਖਿਓ ਵਿੱਚ ਰਿਵਰਸ ਸਪਤ ਸਿੰਧੂ ਪੰਜਾਬ ਕਦੋਂ ਕਹਿੰਦੇ ਸੀਗੇ ਇੰਡੀਆ ਨੂੰ ਜਦੋਂ ਇਹਦੇ ਵਿੱਚ ਕੀ ਸੀ ਮਤਲਬ ਸੱਤ ਨਦੀਆਂ ਦੀ ਧਰਤੀ ਸੀ ਸੱਤ ਸਿੰਧੂ ਬੋਲਿਆ ਜਾਂਦਾ ਸੀ ਠੀਕ ਆ ਕਿਹੜੀਆਂ ਕਿਹੜੀਆਂ ਰਿਵਰਸ ਸਿੰਗ ਹੋਰ ਦੱਸਣੀਆਂ ਆਪਾਂ ਦੇਖੋ ਆਨਸਰ ਥੋੜਾ ਜਿਹਾ ਕਨਫਿਊਡਿੰਗ ਹੈ ਦੇਰ ਵਿੱਚ ਰਿਵਰਸ ਫਲੋ ਸਮਝਣਾ ਹੈਗਾ ਠੀਕ ਆ ਆਪਾਂ ਸੈल्फ ਕੁਐਸਚਨਿੰਗ ਦੇਖਣਾ ਸੱਤ ਸਿੰਧੂ ਦੇਖਿਆ ਅਸੀਂ ਸੈਵਨ ਰਿਵਰ ਦਾ ਨਾਮ ਲਿਖ ਦੇਣਾ ਬਸ ਓਕੇ ਸੱਤ ਸਿੰਧੂ ਮੀਨਸ ਵਰਡ ਦਾ ਮੀਨਿੰਸ ਕਲੀਅਰ ਕਰਦੇ ਆ ਲੈਂਡ ਆਫ ਸੈਵਨ ਰਿਵਰਸ ਸੱਤ ਨਦੀਆਂ ਦੀ ਧਰਤੀ ਠੀਕ ਆ ਦੀ ਜਿਹੜੀਆਂ ਵਾਰ ਕਿਹੜੀਆਂ-ਕਿਹੜੀਆਂ ਸੀ ਸਟੂਡੈਂਟ ਐਂਡੋਸ ਜਿਹਨੂੰ ਸੰਧ ਬੋਲਿਆ ਜਾਂਦਾ ਜਹਲਮ ਚਨਾਬ ਸੰਧ ਜਹਲਮ ਚਨਾਬ ਰਾਵੀ ਬਿਆਸ ਸਤਲੁਜ ਐਂਡ ਸਰਸਵਤੀ ਠੀਕ ਆ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰਾਂਗੇ ਠੀਕ ਆ ਪਹਿਲਾਂ ਦੇਖੋ ਆਪਣੇ 5 ਰਿਵਰ ਹੁੰਦੀਆਂ ਸੀ ਪੰਜਾਬ ਦੇ ਵਿੱਚ ਓਕੇ ਇਹ ਵਾਲੇ ਏ ਫਾਈਵ ਰਿਵਰ ਆਪਣੇ ਪੰਜਾਬ ਦੇ ਵਿੱਚ ਸੀਗਾ ਠੀਕ ਆ ਜਦੋਂ ਵੰਡ ਹੋ ਜਾਂਦੀ ਹੈਗੀ ਆ 1947 ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਪੰਜਾਬ ਦਾ ਡਿਵਾਈਡੇਸ਼ਨ ਹੁੰਦਾ ਹੈਗਾ ਹਨਾ ਕਾਟ ਦੇ ਵਿੱਚ 1961 ਦੇ ਵਿੱਚ ਹੁੰਦਾ ਹੈਗਾ ਠੀਕ ਆ ਹੁਣ ਆਪਣੇ ਕੋਲੇ ਪ੍ਰੈਜੈਂਟਲੀ ਆਪਣੇ ਕੋਲੇ 3 ਰਿਵਰ ਆ ਜਾਂਦੀ ਹੈ ਰਾਵੀ ਬਿਆਸ ਐਂਡ ਸਤਲੁਜ ਠੀਕ ਆ ਪੰਜਾਬ ਦਾ ਨਿਆ ਪਿਆ ਸੀ ਸਟੂਡੈਂਟ ਜੇ ਪੰਜਾਬ ਦੀ ਗੱਲ ਕਰਦੇ ਆਪਾਂ ਆ ਪੰਜ ਨਦੀਆਂ ਜਿਹੜਾ ਪੰਜਾਬ ਸੀ ਆਪਣਾ ਬਿਫੋਰ ਦੀ ਪਾਰਟੀਸ਼ਨ ਮਤਲਬ ਵੰਡ ਤੋਂ ਪਹਿਲਾਂ ਜੋ ਪੰਜਾਬ ਸੀਗਾ ਉਹਦੇ ਵਿੱਚ ਪੰਜ ਨਦੀਆਂ ਵਗਦੀਆਂ ਹੁੰਦੀਆਂ ਸੀ ਇਸ ਕਰਕੇ ਇਹਦਾ ਨਾਂ ਪੰਜ ਤੋਂ ਪੰਜਾਬ ਪੈ ਗਿਆ ਪੰਜ ਪਾਣੀਆਂ ਦੀ ਧਰਤੀ ਠੀਕ ਹੈ ਮੋਸਟਲੀ ਜਿਹੜਾ ਪਾਰਟ ਸੀਗਾ ਇਹਦਾ ਪਾਕਿਸਤਾਨ ਦੇ ਵਿੱਚ ਲੈ ਗਿਆ ਸੀ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਆਪਣੇ ਨਾਲ ਪੰਜਾਬ ਦੇ ਨਾਲ ਇੱਕ ਤੋਖਾ ਹੋਇਆ ਸੀ ਉਸ ਸਮੇਂ ਪਹਿਲਾਂ ਜਿਹੜਾ ਮੋਸਟਲੀ ਪਾਰਟ ਪਾਕਿਸਤਾਨ ਨੂੰ ਦੇਖ ਦਿੱਤਾ ਗਿਆ 1947 1914 7 ਦੀ ਜਿਹੜੀ ਵੰਡ ਹੋਈ ਸੀਗੀ ਡਿਵਾਈਡਿਸ਼ਨ ਹੋਇਆ ਸੀਗਾ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ 61 ਦੇ ਵਿੱਚ ਆ ਕੇ ਨੈਕਸਟ ਟਾਈਮ ਹਰਿਆਣਾ ਨੂੰ ਦੇ ਦਿੱਤਾ ਗਿਆ ਇਸ ਹਰਿਆਣਾ ਚੰਡੀਗੜ੍ਹ ਵਗੈਰਾ ਨੂੰ ਹਰਿਆਣਾ ਨੂੰ ਹਿੰਦੀ ਦੇ ਆਧਾਰ ਤੇ ਸਟੇਟ ਜਿਹੜਾ ਪੰਜਾਬ ਨੂੰ ਦੋ ਪਾਰਟਸ ਵਿੱਚ ਫੇਰ ਵੰਡਤਾ ਬਾਅਦ ਵਿੱਚ ਹਿੰਦੀ ਦੇ ਆਧਾਰ ਤੇ ਵੰਡਤਾ ਜਿਹੜੇ ਲੋਕ ਹਿੰਦੀ ਲੈਂਗੁਏਜ ਯੂਜ਼ ਕਰਦੇ ਸੀ ਉਹਨਾਂ ਨੂੰ ਹਰਿਆਣੇ ਦੇ ਵਿੱਚ ਟਿਕ ਕਾਰ ਦਿੱਤਾ ਨਾ ਇਹ ਰਿਹਾ ਹਰਿਆਣਾ ਬਣਾ ਦਿੱਤਾ ਜਿਹੜੇ ਪੰਜਾਬੀ ਬੋਲਦੇ ਸੀਗੇ ਉਹਨਾਂ ਦਾ ਪੰਜਾਬ ਕਰ ਦਿੱਤਾ ਇਸ ਤਰ੍ਹਾਂ ਮੋਸਟਲੀ ਪਾਰਟ ਫੇਰ ਆਪਣਾ ਹਰਿਆਣੇ ਦੇ ਵਿੱਚ ਲਾ ਗਿਆ ਪਹਿਲਾਂ ਸਟੇਟ ਪੰਜਾਬ ਆਪਣਾ ਬਹੁਤ ਜ਼ਿਆਦਾ ਬਿਗ ਹੁੰਦਾ ਸੀ ਚਲੋ दे आर वार फिल ब्लैंक्स आप ब्लैक्स की गल करते हैं स्टूडेंट्स तो दे आर वार सबर समॉल एन द अर्ली वेदिक पीरियड जो छोटे छोटे कई सके कबीले हूँ सके ट्रीब आ जाने स्टूडेंट्स ओकेसायटी वार डिवाइड इन टू फोर डिवीजन ज का फोर डिवीजन वंडी हुई सी सोसाय जिन्हों की बोलिया ज्यादा वर्न बोलिया जाता ਤੁਸੀਂ ਕਾਸਟ ਵੀ ਲਿਖ ਸਕਦੇ ਆ ਜੇ ਤੁਸੀਂ ਉੱਥੇ ਅਨਸਰ ਕਾਸਟ ਲਿਖ ਦਿੰਨੇ ਲਿਖ ਦਿੰਨੇ ਆ ਉਹ ਅਨਸਰ ਤੁਹਾਡਾ ਰੋਂਗ ਨਹੀਂ ਹੋਊਗਾ ਠੀਕ ਆ ਦੀ ਮੇਨ ਫੂਡ ਆਈਟਮ ਆਫ ਦੀ ਵੈਦਿਕ ਪੀਪਲ ਜਿਹੜਾ ਫੂਡ ਆਈਟਮ ਦੀ ਗੱਲ ਕੀਤੀ ਹੈ ਮੇਨ ਫੂਡ ਕੀ ਸੀ wheat rice ਐਂਡ pulses ਜੋ ਕਿ ਅੱਜ ਵੀ ਆ ਓਕੇ ਦੀ ਵੈਦਿਕ ਪੀਪਲ ਵਾਰ ਫਾਊਂਡ ਆਫ ਫਾਊਂਡ ਆਫ ਮਤਲਬ ਲਾਈਕ ਕਰਦੇ ਸੀ ਫਾਊਂਡ ਆਫ ਹੋਣਾ ਪਰਫਾਊਂਡ ਮਤਲਬ ਫੈਸੀਨੇਟ ਹੋਣਾ ਜਿਤ ਪ੍ਰਭਾਵਤ ਹੋਣਾ ਮਤਲਬ ਲਾਈਕ ਕਰਨਾ ਹਨਾ ਸ਼ੌਂਕੀ ਆਪਾਂ ਕਹਿ ਸਕਦੇ ਆ ਦੀ ਵੈਦਿਕ ਪੀਪਲ ਵਾਰ ਫਾਊਂਡ ਆਫ ਕਿਹਦੇ ਸ਼ੌਂਕੇ ਸੀਗੇ ਆਊਟਡੋਰ ਗੇਮਸ ਦੇ ਠੀਕ ਆ ਆਊਟਡੋਰ ਗੇਮ ਗੇਮਸ ਨੂੰ ਫਾਊਂਡ ਮਤਲਬ ਲਾਈਕ ਕਰਦੇ ਸੀਗੇ ਦੀ ਵੈਦਿਕ ਪੀਪਲ ਵਾਰਸ਼ਿਪ ਨੇਚਰ ਪੂਜਾ ਕਿਹਦੀ ਕਰਦੇ ਸਟੂਡੈਂਟ ਆਫ ਨੇਚਰ ਦੀ ਕਰਦੇ ਸੀਗੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਠੀਕ ਆ ਅੱਗੇ ਹੈ ਗਿਆ ਸਟੂਡੈਂਟ ਮੈਚ ਕਾਲ ਮੈ ਗਿਆ ਵੀ ਪਾਸ਼ ਇਹ ਪਾਸ਼ਾ ਰਿਵਰ ਦਾ ਨੇਮ ਹੈਗਾ ਠੀਕ ਆ ਸਭਾ ਪਾ ਪਹਿਲਾਂ ਸਭਾ ਐਂਡ ਸੰਮਤੀ ਦੀ ਗੱਲ ਕੀਤੀ ਸੀਗੀ ਉਹ ਪੋਲੀਟੀਕਲ ਬਾਡੀ ਹੈਗੀ ਆ ਠੀਕ ਆ ਆਯੁਰਵੇਦ ਆਯੁਰਵੇਦ ਨੂੰ ਤੁਸੀਂ ਅੱਜ ਵੀ ਦੇਖਦੇ ਹਾਂ ਨਾ ਆਯੁਰਵੈਦਿਕ ਮੈਡੀਸਨ ਵਗੈਰਾ ਜੀ ਉਸ ਹੁੰਦਿਆਂ ਹਨ ਇਹ ਇੱਕ ਬ੍ਰਾਂਚ ਸੀ ਸਾਇੰਸ ਥਿਸ ਇਜ਼ ਦੀ ਬ੍ਰਾਂਚ ਆਫ ਸਾਇੰਸ ਇਹ ਕੀ ਆ ਸਾਇੰਸ ਦੀ ਬ੍ਰਾਂਚ ਆ ਠੀਕ ਆ ਬਰੂਣਾ ਬਰੂਣਾ ਇੱਕ ਗॉड ਆ ਇੱਕ ਦੇਵੀ ਦੇਵਤਾ ਦਾ ਨਾ ਬਰੂਣ ਇੱਕ ਗॉड ਆ ਬਰੂਣ ਦੇਵਤਾ एक परमात्मा है मतलब ठीक है देवता है वृण गॉड न अटैच कर दें सभा पोलिटिकल बॉडी विपाश रिवर आयुर्वेद ब्रांच आ एंड वरुण एक गॉड का नाम ट्रॉलसा स्टूडेंट फर्स्ट ऑफ आल बेटा अपने कोलसा पुरुषनी ਪਰੁਸ਼ਨੀ ਸਟੂਡੈਂਟਸ ਨੂੰ ਤੁਹਾਨੂੰ ਫਿਊਜਨ ਹੋ ਉੱਥੇ ਪਰੁਸ਼ਨੀ 올ਡ ਨੇਮ ਹੁੰਦੇ ਸੀ ਨਦੀਆਂ ਦੇ ਰਿਵਰ ਦੇ ਹਨਾ ਤੇ ਉਹਨਾਂ ਨੂੰ ਵਿਦਿਕ ਇਸ ਦੇ ਵਿੱਚ ਨਾਮਾ ਨਾ ਜਾਣਿਆ ਜਾਂਦਾ ਸੀਗਾ ਜਿਹੜਾ ਪਰੁਸ਼ਨੀ ਅਸੀਂ ਅੱਜ ਦਾ ਦੇਖੀਏ ਜਿਹੜੀ ਰਾਵੀ ਨਦੀ ਆ ਉਹਨੂੰ ਪਰੁਸ਼ਨੀ ਬੋਲਿਆ ਜਾਂਦਾ ਸੀ ਪਹਿਲਾਂ ਓਕੇ ਉਹ ਕਹਿੰਦੇ ਨੇਮ ਆਫ ਅ ਰਿਵਰ ਇਹ ਸਹੀ ਆ ਠੀਕ ਆ ਰਾਵੀ ਜਾਂ ਪਰੁਸ਼ਨੀ ਕੀ ਇੱਕ ਨਦੀ ਦਾ ਨਾਮ ਹੈਗਾ ਓਕੇ ਆਪਣਾ ਆਨਸਰ ਕੀ ਆ ਰਾਈਟ ਆ ਇੰਦਰਾ ਵਾਸ ਦੀ ਵੈਦਿਕ ਇਸ ਗॉड ਆਫ ਰੇਨ ਜਿਹੜਾ ਇੰਦਰਾ ਸੀਗਾ ਸਟੂਡੈਂਟ ਵੈਦਿਕ ਕੇਸ ਦੇ ਵਿੱਚ ਇੱਕ ਗॉड ਆਫ ਰੇਨ ਮਤਲਬ ਬਰਸਾਤੀ ਦੇਵਤਾ ਕਹਿ ਸਕਦੇ ਹਾਂ ਦੇ ਨਾਲ ਕੋਈ ਕਨਸੀਡਰ ਕੀਤਾ ਜਾਂਦਾ ਸੀਗਾ ਪਾਣੀ ਵਾਲਾ ਦੇਵਤਾ ਕਹਿ ਸਕਦੇ ਤੁਸੀਂ ਠੀਕ ਆ ਉਹ ਇੰਦਰਾ ਰਾਈਟ ਆ ਜਿਸ ਤਰ੍ਹਾਂ ਮੀਂਹ ਨਹੀਂ ਸੀ ਪੈਂਦਾ ਬੇਟਾ ਰੇਨ ਨਹੀਂ ਸੀ ਹੁੰਦੀ ਫਿਰ ਉਹ ਕੀ ਦੀ ਪੂਜਾ ਕਰ ਸੀ ਇੰਦਰਾ ਦੀ ਪੂਜਾ ਕਰਦੇ ਸੀਗੇ ਉਹ ਕਹਿੰਦੇ ਕਾਓ ਵਾਸ ਨਾਟ ਸੈਕ੍ਰੇਟ ਸੈਕ੍ਰੇਟ ਟੂ ਦੀ ਵੈਦਿਕ ਪੀਪਲ ਸੈਕ੍ਰੇਟ ਹੁੰਦਾ ਮਤਲਬ ਪਵਿੱਤਰ ਕਵੈਸਚਨ ਕੀ ਕਹਿੰਦਾ ਹੈਗਾ ਕਾਓ ਵਾਸ ਨਾਟ ਜਿਹੜੀ ਗਾਂ ਸੀ ਸਟੂਡੈਂਟ ਕਾਓ ਸੀਗੀ ਉਹ ਕਹਿੰਦਾ ਪਵਿੱਤਰ ਨਹੀਂ ਸੀਗੀ ਜਾਂ ਉਹਨੂੰ ਪਾਲਦੇ ਨਹੀਂ ਸੀਗੇ ਜਾਂ ਪਵਿੱਤਰ ਨਹੀਂ ਸੀਗੀ ਬਟ ਇਦਾਂ ਦਾ ਨਹੀਂ ਸੀਗਾ ਉਹਨੂੰ ਵਧੀਆ ਰਿਸਪੈਕਟ ਦਿੱਤੀ ਜਾਂਦੀ ਸੀ ਓਕੇ ਇਸ ਕਰਕੇ ਰੋਗਾ ਨਾਟ ਨਾ ਹੁੰਦਾ ਬੇਟਾ ਇੱਥੇ ਆ ਨਾਟ ਨਾ ਹੁੰਦਾ ਫਿਰ ਇੱਥੇ ਓਕੇ ਫਿਰ ਆਨਸਰ ਸਹੀ ਹੋਣਾ ਸੀਗਾ ਡਨ ਵੂਮਨਸ ਵਾਰ ਨਾਟ ਰਿਸਪੈਕਟਡ ਇਨ ਦੀ ਵੈਦਿਕ ਏਜ ਉਹ ਕੀ ਕਹਿੰਦਾ ਸਟੂਡੈਂਟ ਜਿਹੜੀਆਂ ਵੂਮਨ ਸਿੰਘ ਆ ਵੈਦਿਕ ਏਜ ਉਸ ਸਮੇਂ ਦੇ ਵਿੱਚ ਰਿਸਪੈਕਟਡ ਮਤਲਬ ਉਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ ਸੀ ਹਨਾ ਬਟ ਆਪਾਂ ਲੈਸਨ ਦੇ ਵਿੱਚ ਪੜਿਆ ਹੈਗਾ ਰਿਸਪੈਕਟ ਕੀਤੀ ਜਾਂਦੀ ਸੀ ਆਪਲਾ ਗੋਸ਼ਾ ਬਾਰੇ ਆਪਾਂ ਸਟੱਡੀ ਕੀਤਾ ਹੈਗਾ ਮੈਂ ਨਹੀਂ ਵੂਮਨਸ ਬਾਰੇ ਸਟੱਡੀ ਕੀਤਾ ਹੈਗਾ ਜੋ ਕਿ ਬਹੁਤ ਜ਼ਿਆਦਾ ਐਜੂਕੇਟਡ ਸਨ ਹਨਾ ਸੋ ਇਹ ਕੀ ਆ ਰੋਂਗ ਦਨ ਇਹ ਦੋਨੋਂ ਰੋਂਗ ਆ ਕੇ ਬੇਟਾ ਆਨਸਰ ਸੋ ਬੇਟਾ ਇਸ ਤਰ੍ਹਾਂ ਆਪਣਾ ਅੱਜ ਵਲਾਂ ਇਹ ਚੈਪਟਰ ਪ੍ਰੋਪਰਲੀ ਕਵਰ ਹੋ ਗਿਆ ਹੋ ਗਿਆ ਕੁਐਸਚਨ ਆਨਸਰ ਸੋਨੂੰ ਮੈਨੂੰ ਦੱਸਣ ਦਾ ਮੀਨ ਗਏ ਸੀ ਬੇਟਾ ਸੋਨੂੰ ਕੁਐਸਚਨ ਆਨਸਰ ਵੀ ਚੰਗੀ ਤਰ੍ਹਾਂ ਸਮਝ ਆ ਜਾਣਗੇ ਯਾਦ ਕਰਨੇ ਈਜ਼ੀ ਹੋ ਜਾਣਗੇ ਸੋ ਸਟੂਡੈਂਟ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕਸ ਟੂ ਆਲ ਇਫ ਐਨੀ ਕੁਰੀ ਮਤਲਬ ਕੋਈ ਵੀ ਸੋਨੂੰ ਪ੍ਰੋਬਲਮਸ ਆਉਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਓਕੇ ਬੇਟਾ